ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਕਿਸੇ ਗੁਰਸਿੱਖ ਵੀਰ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਗੁਰਸਿੱਖ ਵੀਰ ਜੀ ਓਕੇ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਦੇ ਅਮਰੀਕਾ ਆਉਣ ਉੱਤੇ ਉਸਦਾ ਓਕੇ ਲਿਖਦੇ ਹਨ ਮੋਦੀ ਦੇ ਅਮਰੀਕਾ ਆਉਣ ਉੱਤੇ ਉਸਦਾ ਜ਼ਬਰਦਸਤ ਤਰੀਕੇ ਨਾਲ ਸਵਾਗਤ ਕੀਤਾ ਜਾਵੇ ਅਤੇ ਉਸ ਦੀਆਂ ਸਿਫਤਾਂ ਦੇ ਪੁੱਲ ਬਣੇ ਜਾਣਗੇ ਉਸਦਾ ਸਵਾਗਤ ਅਤੇ ਬਾਕੀ ਪ੍ਰੋਗਰਾਮਾਂ ਦਾ ਇੰਤਜ਼ਾਮ ਇਸ ਤਰੀਕੇ ਨਾਲ ਕੀਤਾ ਜਾਵੇਗਾ ਜਿਵੇਂ ਕਿ ਉਹ ਦੁਨੀਆ ਦਾ ਕੋਈ ਬਹੁਤ ਵੱਡਾ ਲੀਡਰ ਹੋਵੇ ਅਤੇ ਅੱਗੇ ਲਿਖੇ ਮਸਲਿਆਂ ਉੱਤੇ ਗੱਲਬਾਤ ਅਤੇ ਬਿਆਨਬਾਜ਼ੀ ਹੋਣ ਦੀ ਸੰਭਾਵਨਾ ਹੈ ਪਹਿਲਾ ਅਮਰੀਕਾ ਦੇਵਾਨੀ ਨਾਲ ਹੋਏ ਮਾੜੇ ਵਿਵਹਾਰ ਲਈ ਮਾਫ਼ੀ ਮੰਗ ਸਕਦਾ ਹੈ ਅਤੇ ਇਹ ਮਸਲਾ ਖਤਮ ਹੋਣ ਦੀ ਸੰਭਾਵਨਾ ਹੈ ਦੂਸਰਾ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਦਾ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ ਤੀਸਰਾ ਭਾਰਤ ਇੱਕ ਉੱਭਰਦੀ ਹੋਈ ਸ਼ਕਤੀ ਹੈ ਅਤੇ ਭਾਰਤ ਨੂੰ ਏਸ਼ੀਅਨ ਖਿੱਤੇ ਦੀ ਅਗਵਾਈ ਕਰਨੀ ਚਾਹੀਦੀ ਹੈ ਚੌਥਾ ਅਮਰੀਕਾ ਅਤੇ ਭਾਰਤ ਵਿੱਚ ਕੋਈ ਵੱਡੀ ਵਪਾਰਕ ਸੰਧੀ ਉੱਪਰ ਦਸਤਖਤ ਜਾਂ ਭਾਰਤ ਲਈ ਕੋਈ ਵੱਡਾ ਆਰਥਿਕ ਪੈਕੇਜ ਪੰਜਵਾਂ ਸਭ ਤੋਂ ਜ਼ਰੂਰੀ ਇਹ ਹੈ ਕਿ ਅੱਤਵਾਦ ਦੁਨੀਆ ਲਈ ਖਤਰਾ ਅਤੇ ਭਾਰਤ ਅੱਤਵਾਦ ਖਿਲਾਫ਼ ਲੜਾਈ ਵਿੱਚ ਅਮਰੀਕਾ ਦਾ ਸਾਥ ਦੇਵੇ ਛੇਵਾਂ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਭਾਰਤ ਵਿੱਚ ਕੋਈ ਨਿੱਕੀ ਮੋਟੀ ਅੱਤਵਾਦੀ ਘਟਨਾ ਦੀ ਸੰਭਾਵਨਾ ਵੀ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਆਸਟ੍ਰੇਲੀਆ ਤੋਂ ਲਿਖਦੇ ਨੇ ਜੀ ਕਿੰਨਾ ਨੰਬਰ ਹੈ ਇਹਨਾਂ ਦੀ 43 ਹਾਂ ਸੋ ਹੁਣ ਤੱਕ ਇਹਨਾਂ ਨੇ 43 ਲਿਖੀਆਂ ਇਸ ਤੋਂ ਬਾਅਦ ਵੈਸੇ ਇੱਕ ਹੋਰ ਉਹਨਾਂ ਦੀ ਆਈ ਜੀ ਜਿਹਦੇ 'ਚ ਉਹਨਾਂ ਨੇ ਕੁਛ ਪਰਸਨਲ ਲਿਖਿਆ ਥੋੜ੍ਹੇ ਜਿਹੇ ਨਿਰਾਸ਼ ਸੀ ਕਿ ਅਸੀਂ ਉਹਨਾਂ ਨੂੰ ਨਹੀਂ ਮਿਲਣ ਦਾ ਵਕਤ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਮੈਨੂੰ ਕਦੇ ਪਤਾ ਲੱਗਾ ਹੋਵੇ ਵੀ ਉਹ ਅਮਰੀਕਾ 'ਚ ਆਏ ਨੇ ਜਾਂ ਮਿਲਣਾ ਤਾਂ ਚਾਹੁੰਦੇ ਨੇ ਉਹ ਜੀ ਸੋ ਮੈਂ ਮਾਫ਼ੀ ਚਾਹੁੰਦਾ ਹਾਂ ਜੇ ਉਹਨਾਂ ਨੇ ਅਜ਼ਿਊਮ ਕੀਤਾ ਕਿ ਵੀ ਸ਼ਾਇਦ ਇਹ ਵੀ ਨਹੀਂ ਹੈ ਜਦੋਂ ਇੰਨੇ ਪਿਆਰ ਵਾਲੇ ਵੀਰ ਸਾਡੇ ਇਸ ਮੁਲਕ 'ਚ ਆਉਣ ਅਸੀਂ ਐਕਸਟਰਾ ਮਾਈਲ ਤੁਰ ਕੇ ਵੀ ਉਹਨਾਂ ਨੂੰ ਮਿਲਣ ਦਾ ਦੀ ਜਿਹੜੀ ਆ ਤਾਂਘ ਰੱਖਦੇ ਹਾਂ ਪਰ ਜੇ ਕੋਈ ਇਸ ਕਿਸਮ ਦਾ ਉਹਨਾਂ ਨੇ ਪ੍ਰਭਾਵ ਲਿਆ ਤਾਂ ਅਸੀਂ ਕਿਵੇਂ ਚਾਹੁੰਦੇ ਜੀ ਉਹਨਾਂ ਨੇ ਜਿਹੜਾ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਕੀ ਹੋ ਸਕਦਾ ਜਾਂ ਹੋਏਗਾ ਉਸ ਨੂੰ ਉਹਨਾਂ ਨੇ ਜਿਹੜਾ ਪ੍ਰੈਡਿਕਟ ਤਾਂ ਨਹੀਂ ਸ਼ਬਦ ਮੈਂ ਕਹਿ ਸਕਦਾ ਉਸ ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਵੀ ਆਹ ਏਜੰਡੇ 'ਚੋਂ ਫਿੱਟ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਜਿਹੜਾ ਉਹ ਮੋਦੀ ਦੀਆਂ ਸਿਫਤਾਂ ਦੇ ਬੜੇ ਪੁੱਲ ਬੰਨੇਗਾ ਕਿ ਜੀ ਦੇਖੋ ਔਰ ਉਹ ਪਹਿਲਾਂ ਆਪ ਹੀ ਕਹਿੰਦਾ ਕਿ ਦੇਖੋ ਜੀ ਮੈਂ ਇੱਕ ਚਾਏ ਵਾਲੇ ਕਾ ਲੜਕਾ ਚਾਏ ਵਾਲੇ ਸੇ ਪ੍ਰਧਾਨ ਮੰਤਰੀ ਬਣ ਗਿਆ ਹੁਣ ਇਹ ਅਮਰੀਕਨਾਂ ਲਈ ਕਿਉਂਕਿ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਦੀ ਸਪਿਰਿਟ ਹੈ ਉਹ ਵੱਖਰੀ ਹੈ ਉਹਨਾਂ ਨਾਲੋਂ ਇੰਗਲੈਂਡ ਕਿਉਂਕਿ ਇੰਗਲੈਂਡ ਨਾਲੋਂ ਟੁੱਟੇ ਇੰਗਲੈਂਡ ਦਾ ਤਾਂ ਉਹ ਸਿਸਟਮ ਸੀ ਲਾਰਡ ਔਰ ਐਲੀਤ ਔਰ ਕਲਾਸ ਅਮਰੀਕਾ ਦੇ ਵਿੱਚ ਵੀ ਇਹੀ ਹੈ ਕਿ ਇੱਕ ਗੋਰੀ ਮਾਂ ਅਤੇ ਕਾਲੇ ਪਿਓ ਦਾ ਮੁੰਡਾ ਵਾਈਟ ਹਾਊਸ 'ਚ ਪਹੁੰਚ ਗਿਆ ਜਿਹੜੇ 1960 ਤੱਕ ਸੈਗਰੀਗੇਟਿਡ ਲੋਕ ਸੀ ਸੋ ਇਹ ਉਹਨਾਂ ਦਾ ਵੀ ਸੈਲਿੰਗ ਚਿੱਪ ਹੈ ਇੰਡੀਆ ਦਾ ਮੋਦੀ ਚਾਏ ਵਾਲਾ ਪ੍ਰਧਾਨ ਮੰਤਰੀ ਅਤੇ ਇਹਨਾਂ ਨੂੰ ਵੀ ਜਦੋਂ ਜੇ ਉਹਨਾਂ ਨੇ ਇੰਡੀਆ ਨੂੰ ਵਡਿਆਉਣਾ ਇਕੱਲਾ ਮੋਦੀ ਨੂੰ ਹੀ ਨਹੀਂ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਉਹਨੂੰ ਕਰਨਗੇ ਬਿਲਕੁਲ ਇਹਨਾਂ ਨੇ ਠੀਕ ਕਿਹਾ ਦੂਸਰਾ ਕਿ ਵੀ ਮੋਦੀ ਨੂੰ ਬਹੁਤ ਵੱਡਾ ਡਾਇਨਾਮਿਕ ਡਿਸੀਜਨ ਮੇਕਰ ਔਰ ਆਲਰੇਡੀ ਇੰਡੀਅਨ ਮੀਡੀਆ ਕਹਿੰਦਾ ਵੀ ਹੀ ਇਜ਼ ਅਮੈਰੀਕਾ ਫਰੈਂਡ ਹੀ ਹੈ ਕਾਰਪੋਰੇਟ ਪੈਸਾ ਪੈਸੇ 'ਚ ਹੁਣ ਚਾਏ ਵਾਲਾ ਤਾਂ ਵਿਚਾਰਾ ਚਵਾਨੀ ਦਾ ਕੱਪ ਵੇਚਦਾ ਹੋਣਾ ਚਾਹਦਾ ਔਰ ਹੁਣ ਇਹ ਪੈਸੇ ਕਿੱਥੋਂ ਆਉਂਦੇ ਨੇ ਕਿੱਥੋਂ ਆਏ ਜਿਨ੍ਹਾਂ ਨੇ ਉਹ ਸਾਰਾ ਕੈਂਪੇਨ ਰਨ ਕੀਤਾ ਕਾਰਪੋਰੇਟ ਇਕੱਲਾ ਕਾਰਪੋਰੇਟ ਇੰਡੀਆ ਨਹੀਂ ਅੰਬਾਨੀ ਜਾਂ ਰਿਲਾਇੰਸ ਜਾਂ ਫਲਾਣੇ ਢਿਮਕੇ ਨਹੀਂ ਹੈ ਇਹ ਬਾਹਰਲੇ ਸਾਡੇ ਭਾਈ ਵੀ ਜਿਹੜੇ ਨੇ ਫੋਰਚੂਨ 500 ਇਹਨਾਂ ਸਾਰਿਆਂ ਨੇ ਵੀ ਕੀਤਾ ਹੁਣ ਮੋਦੀ ਜਿਹੜਾ ਉਹ ਕੋਈ ਮਾੜਾ ਮੋਟਾ ਥੋੜ੍ਹੀ ਹੈ ਉਹਨੇ ਬਾਲੀਵੁੱਡ ਦੇ ਸਪੈਸ਼ਲ ਡਿਜ਼ਾਈਨਰ ਕੱਪੜਿਆਂ ਦੇ ਜਿਹੜੇ ਐਕਟਰਾਂ ਦੇ ਬਣਾਉਂਦੇ ਨੇ ਉਹ ਸੱਦੇ ਨੇ ਜੀ ਮੈਂ ਅਮਰੀਕਾ ਚੱਲਿਆ ਮੈਨੂੰ ਦੱਸੋ ਮੈਂ ਅੱਧਾ ਕੁੜਤਾ ਪਾਉਣਾ ਕਿਹੜਾ ਸਿਲਕ ਹੋਏ ਹੋ ਸਕਦਾ ਇੱਥੇ ਸੂਟ ਪੈਂਟ 'ਚ ਹੀ ਨਜ਼ਰ ਆਇਆ ਕੋਈ ਟਾਈ ਟੂਈ ਵੀ ਗਲ ਨਾਲ ਬੰਨੀ ਹੋਏ ਜੀ ਸੋ ਇਮੇਜ ਮੇਕਿੰਗ ਉਹ ਲੱਗੇ ਹੋਏ ਨੇ ਉਹ ਡਰੈਸ ਉਹਨੂੰ ਵੀ ਉਹਨੂੰ ਚੰਗਾ ਪਵਾ ਕੇ ਲਿਆਉਣਗੇ ਔਰ ਜਿਵੇਂ ਉਹਨੇ ਮੁਲਾਇਮ ਸਿੰਘ ਯਾਦਵ ਨੇ ਇੱਕ ਵਾਰੀ ਕਿਹਾ ਸੀ ਕਿ ਮੋਦੀ ਬੜਾ ਗਰੀਬਾਂ ਦੀ ਗੱਲਾਂ ਕਰਦਾ ਹੈ ਜੇ 20 ਮੀਟਿੰਗਾਂ 'ਚ ਬੋਲਦਾ ਤਾਂ 20ਆਂ 'ਚ ਕੁੜਤਾ ਬਦਲਿਆ ਹੁੰਦਾ ਉਹਨੇ ਨਵਾਂ ਪਾਇਆ ਹੁੰਦਾ ਵੀ ਇਹ ਇੱਥੇ ਤਾਂ ਉਹ ਗਾਂਧੀ ਨੇ ਲੰਗੋਟੀ ਬੰਨ ਲਈ ਸੀ ਕੱਦ ਨੰਗਾ ਜਿਹਾ ਇਹ ਕਹਿ ਕੇ ਜੀ ਮੇਰੇ ਐਵਰੇਜ ਦੇਸ਼ ਦੇ ਬੰਦੇ ਨੂੰ ਆਹੀ ਨਸੀਬ ਹੁੰਦਾ ਇਸ ਲਈ ਮੈਂ ਇਸ ਤੋਂ ਵੱਧ ਨਹੀਂ ਔਰ ਉਸ ਸਪਿਰਿਟ ਨੂੰ ਤੁਸੀਂ ਐਡਮਾਇਰ ਵੀ ਕਰ ਭਾਵੇਂ ਫਰੋਡ ਹੀ ਸੀ ਦੰਭ ਹੀ ਸੀ ਕਿ ਗਰੀਬੀ ਦਾ ਦਿਖਾਉਣਾ ਕਿ ਜੀ ਮੈਂ ਗਰੀਬਾਂ ਦੇ ਨਾਲ ਥਰਡ ਕਲਾਸ ਟ੍ਰੇਨ ਦੇ ਡੱਬਿਆਂ 'ਚ ਸਫ਼ਰ ਕਰਦਾ ਸੀ ਸੋ ਉਹ ਇੱਕ ਡਿਫਰੈਂਟ ਗੱਲ ਹੈ ਪਰ ਇੱਥੇ ਤਾਂ ਮੋਦੀ ਗੱਲ ਜਿਹੜੀ ਹੈ ਉਹ ਦੂਜੀ ਕਰਦਾ ਪਰ ਰਹਿਣ ਸਹਿਣ ਇਹਦਾ ਉਹ ਕਾਰਪੋਰੇਟ ਵਾਲੇ ਵੱਖਰੀ ਗੱਲ ਹੈ ਵੀ ਇੱਥੇ ਉਹਨਾਂ ਦਾ ਖਾਏਗਾ ਨਹੀਂ ਪੀਏਗਾ ਨਿੰਬੂ ਪਾਣੀ ਜੀ ਅਤੇ ਨਿੰਬੂ ਆਪਣੇ ਲਿਆਏਗਾ ਗੁਜਰਾਤ ਤੋਂ ਜਿਹੜੇ ਉਹਦੇ ਆਪਣੇ ਵਿਹੜੇ 'ਚ ਲੱਗਿਆ ਨਿੰਬੂਆਂ ਦਾ ਦਰਖਤ
ਉੱਥੋਂ ਤੋੜ ਕੇ ਲਿਆਉਣੇ ਆ। ਉਹਨਾਂ 'ਚ ਖਾਸ ਤਾਕਤ ਆ ਉੱਤੇ ਜਿਹੜਾ ਉਹਨਾਂ ਨੇ ਗਾਇਤਰੀ ਮੰਤਰ ਪੜ੍ਹਿਆ ਹੋਇਆ ਰੋਜ਼ ਉਹਦੇ ਨਿੰਬੂ ਦੇ ਦਰਖਤ ਦੇ ਸਾਹਮਣੇ ਖਲੋ ਕੇ ਜੀ। ਸੋ ਵੱਡਾ ਲੀਡਰ ਉਹਨੂੰ ਬਣਾਉਣਗੇ। ਬਾਕੀ ਉਹਨਾਂ ਨੇ ਕਿਹਾ ਜੀ ਹੋ ਸਕਦਾ ਅਮਰੀਕਾ ਜਿਹੜਾ ਜਿਹੜੀ ਇਹਨਾਂ ਦੀ ਡਿਪਲੋਮੈਟ ਸੀ ਇੱਥੇ ਫਰੋਡ ਦੇ ਵਿੱਚ ਜਿਹੜਾ ਉਹ ਉਹਨੂੰ ਹਿਊਮੀਲੇਟ ਕੀਤਾ ਉਹਦੇ ਲਈ ਮੁਆਫ਼ੀ ਮੰਗੇ। ਇਹ ਮੈਨੂੰ ਨਹੀਂ ਲੱਗਦਾ ਵੀ ਕੋਈ ਮੁਆਫ਼ੀ ਵਾਲੀ ਜਾਂ ਕੋਈ ਦੂਜੀ ਗੱਲ ਹੈ। ਉਹ ਤਾਂ ਉੱਥੇ ਵੀ ਜਿੱਥੇ ਉਹ ਆਈ ਏ ਰਹੀ ਹੈ ਪਹਿਲਾਂ ਉੱਥੇ ਪੋਸਟਡ ਬੋਂਬੇ 'ਚ, ਉੱਥੇ ਵੀ ਇੱਕ ਫਰੋਡ 'ਚ ਕਾਬੂ ਆਈ ਹੈ, ਝੂਠੇ ਕੋਈ ਐਫੀਡੇਵਿਟ ਕੋਈ ਜ਼ਮੀਨਾਂ ਜ਼ਮੁਨਾਂ। ਬਾਕੀ ਕਸ਼ਮੀਰ ਬਾਰੇ ਕਹਿਣਗੇ, ਹਾਂ ਕਸ਼ਮੀਰ ਬਾਰੇ ਕਹਿਣਗੇ ਜੀ ਭਾਰਤ ਪਾਕਿਸਤਾਨ ਬਾਈਲੇਟਰਲ ਸਪਿਰਿਟ 'ਚ ਕਰਨ ਅਸੀਂ ਇੰਟਰਵੀਨ ਨਹੀਂ ਕਰਾਂਗੇ। ਹਾਂ ਪਾਕਿਸਤਾਨ ਨੂੰ ਰਗੜਾ ਦੇਣ ਲਈ ਜਾਂ ਔਰ ਮੋਦੀ ਨੂੰ ਵੀ ਖੁਸ਼ ਕਰਨ ਲਈ, ਜਿਹੜਾ ਇਹਨਾਂ ਦਾ ਸੈਲਿੰਗ ਚਿੱਪ ਵੀ ਹੈ ਪਾਕਿਸਤਾਨ ਨੂੰ ਅੱਤਵਾਦ ਨਾਲ ਜੋੜ ਕੇ ਜਾਂ ਅਕਰੋਸ ਦਾ ਬਾਰਡਰ ਜਿਹੜੀ ਹੈ ਘੁਸਪੈਠ ਬੰਦ ਹੋਣੀ ਚਾਹੀਦੀ। ਚੀਨ ਬਾਰੇ ਨਹੀਂ ਕਹਿਣਗੇ ਕੁਛ ਵੀ, ਕਿਉਂਕਿ ਉਹ ਦੋਨਾਂ ਨੂੰ ਹੀ ਜੁੱਤੀਆਂ ਖਾਣਗੇ, ਅਮਰੀਕਾ ਵੀ ਉਹ ਵੀ। ਇਸ ਲਈ ਉਹ ਜਿਹੜੇ ਘੁਸਪੈਠ ਕਰਕੇ ਅੰਦਰ ਤੰਬੂ ਲਾ ਕੇ ਬੈਠੇ ਨੇ ਉਹਨਾਂ ਬਾਰੇ ਨਹੀਂ ਇਹਨੇ ਕਹਿਣਾ। ਪਾਕਿਸਤਾਨ ਦੇ ਅੱਤਵਾਦ ਦੀ ਜ਼ਰੂਰ ਗੱਲ ਕਰਨਗੇ ਕਿ ਜੀ ਉੱਥੋਂ ਅੱਤਵਾਦੀ ਆ ਜਾਂਦੇ ਨੇ ਜੀ, ਫਿਰ ਇਹ ਕਹਿਣਗੇ ਜੀ ਭਾਰਤ ਜਿਹੜਾ ਅਗਵਾਈ ਕਰੇ ਏਸ਼ੀਆ 'ਚ ਉੱਭਰਦੀ ਭਾਵ। ਉਹ ਤਾਂ ਕਹਿਣਗੇ ਜੀ ਅਸੀਂ ਲਾਰਜੈਸਟ, ਅਸੀਂ ਗ੍ਰੇਟੈਸਟ ਡੈਮੋਕ੍ਰੇਸੀ, ਤੁਸੀਂ ਲਾਰਜੈਸਟ ਡੈਮੋਕ੍ਰੇਸੀ, ਅਸੀਂ ਇਕਨੋਮਿਕਲ ਪਾਵਰ, ਤੁਸੀਂ ਉੱਭਰਦੀ ਪਾਵਰ, ਔਰ ਜਿਹੜਾ ਤੁਹਾਨੂੰ ਉਹ ਤਾਂ ਪਹਿਲਾਂ ਹੀ ਜਿਹੜਾ ਜਪਾਨ, ਵੀਤਨਾਮ, ਫਿਲੀਪੀਨ, ਆਸਟ੍ਰੇਲੀਆ, ਉਹ ਤਾਂ ਇਹਨਾਂ ਦੀ ਅਲਾਇੰਸ ਇਸ ਲਈ ਬਣਾਈ ਹੈ ਚੀਨ ਨੂੰ ਘੇਰਨ ਦੀ, ਉਹਨੂੰ ਜ਼ਰੂਰ ਰੀਜਨਲ ਪਾਵਰ ਕਹਿਣਗੇ। ਵਪਾਰਕ ਸੰਧੀਆਂ ਔਰ ਕੋਈ ਵੱਡੀ ਜਿਹੜੀ ਹੈ ਕਨਸੈਸ਼ਨ ਵੀ, ਉਹ ਮੈਂ ਸਮਝਦਾ $8-10 billion ਦੇ ਹਥਿਆਰਾਂ ਦੇ ਸੌਦੇ ਸੂਦੇ ਹੋਣਗੇ। ਅਮਰੀਕਨ ਕਾਰਪੋਰੇਟ ਨੂੰ ਵੀ ਮਿਲਣਾ ਹੈ, 50 ਮੀਟਿੰਗਾਂ ਉਹਨੇ ਰੱਖੀਆਂ ਹੋਈਆਂ 1-to-1 ਵੀ ਔਰ ਦੂਜੀਆਂ ਵੀ ਮੋਦੀ ਨੇ ਜੀ। ਸੋ ਬਹੁਤ ਸਾਰੇ ਜਿਹੜੇ ਕਾਰਪੋਰੇਟ ਜਿਹਨਾਂ ਨੇ ਉਹਦਾ ਵੀਜ਼ਾ ਖੁੱਲ੍ਹਵਾਉਣ ਦੇ ਲਈ ਪਹਿਲਾਂ ਵੀ ਬੜਾ ਐਫਰਟ ਕੀਤਾ, ਉਹ ਤਾਂ ਹੁਣ ਇਸੇ ਡੀਕ 'ਚ ਨੇ ਵੀ ਕਦੋਂ ਆਏ ਅਤੇ ਅਸੀਂ ਸੌਦਾ ਵੇਚੀਏ। ਉਹ ਬਿਲਕੁਲ ਠੀਕ ਹੈ। ਅਤੇ ਬਾਕੀ ਹਾਂ ਇਹ ਜ਼ਰੂਰ ਹੋਏਗਾ ਕਿ ਜੀ ਅੱਤਵਾਦ ਜਿਹੜਾ ਉਹ ਤੁਹਾਡੇ ਲਈ ਵੀ ਖਤਰਾ ਹੈ, ਸਾਡੇ ਲਈ ਵੀ ਖਤਰਾ ਹੈ, ਸਾਡਾ 9/11 ਹੋਇਆ, ਤੁਹਾਡਾ ਮੁੰਬਈ ਹੋਇਆ, ਔਰ ਰਲ ਕੇ ਸਾਥ ਦਿਓ, ਹਮ ਹੈ ਸਾਥ ਸਾਥ ਜੀ, ਫਿਰ ਸਾਥ ਸਾਥ ਵੀ ਹੋ ਜਾਣਗੇ। ਅਤੇ ਇਸ ਗੱਲ ਨੂੰ ਦੱਸਣ ਲਈ ਕਿ ਵਾਕਈ ਅੱਤਵਾਦ ਬੜਾ ਖਤਰਾ ਹੈ, ਉਹਨਾਂ ਨੇ ਕਿਹਾ ਵੀ ਕੋਈ ਘਟਨਾ ਉੱਥੇ ਕਰਵਾ ਵੀ ਸਕਦੇ ਨੇ, ਉਹ ਮੇਰਾ ਖਿਆਲ ਹੈ ਸ਼ਾਇਦ ਪੋਸੀਬਿਲਟੀ ਤਾਂ ਕੋਈ ਵੀ ਹੋ ਸਕਦੀ ਹੈ, ਪਰ ਉਹ ਉਹਨਾਂ ਨੇ ਉੜਨ ਖਟੋਲੇ ਵਾਲਾ ਮੰਗਲ ਯਾਨ, ਉਹ ਹੁਣ ਮੰਗਲੀਕ ਕੁੜੀਆਂ ਜਿਹੜੀਆਂ ਉਹਨਾਂ ਵਿਚਾਰੀਆਂ ਦੇ ਵਿਆਹ ਹੋ ਜਾਣ, ਕਿ ਉਹਨਾਂ ਨੂੰ ਵੀ ਕੋਈ ਗੇੜੇ ਗੂੜੇ ਮੰਗਲ ਦੇ ਦਵਾ ਕੇ ਲਾਇਆ ਕਰਨ, ਕਹਿਣਗੇ ਅਸੀਂ ਮੰਗਲ ਤੋਂ ਮਾਫ਼ੀ ਮੰਗ ਆਈ ਹੈ, ਹੁਣ ਸਾਡੇ ਵਿਆਹ ਕਰੋ। ਸੋ ਮੇਰਾ ਖਿਆਲ ਹੈ ਵੀ ਇਹ ਜਿਹੜਾ ਇੱਕ ਯੂਫੋਰੀਆ ਕ੍ਰੀਏਟ ਕੀਤਾ ਇਹਨਾਂ ਨੇ ਉਹਦੇ ਥੱਲੇ, ਉਹ ਸ਼ਾਇਦ ਉਹ ਕਿਸੇ ਹੋਰ ਚੀਜ਼ ਨਾਲ ਉਹਨੂੰ ਨਾ ਕਰਨ, ਬਟ ਕੁਆਈਟ ਪੋਸੀਬਲ ਹੈ ਵੀ ਹੋਰ। ਇਸ ਤੋਂ ਇਲਾਵਾ ਤਾਂ ਹੁਣ ਨਿੰਬੂ ਪਾਣੀ ਹੈ, ਉਹ ਨਿੰਬੂ ਪਾਣੀ ਪੀਏਗਾ, ਵਾਈਟ ਹਾਊਸ ਵੀ ਪੀਏਗਾ, ਇੱਥੇ ਵੀ। ਵੈਸੇ ਅਸੀਂ ਕਿਉਂਕਿ ਫਿਰ ਵੀ ਆਪਣੇ ਦਰਸ਼ਕਾਂ ਸ਼ਰੋਤਿਆਂ ਦੀ ਯਾਦ ਦਹਾਨੀ ਲਈ ਦੱਸ ਦਈਏ ਕਿ ਦੋ ਵੱਡੇ ਪ੍ਰੋਟੈਸਟ ਜਿਹੜੇ ਨੇ ਸਿੱਖ ਕੌਮ ਵੱਲੋਂ, ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਸੰਸਥਾਵਾਂ ਵੱਲੋਂ ਨੇ, ਉਹਨਾਂ ਦੇ ਵਿੱਚ ਇੱਕ ਐਤਵਾਰ ਨੂੰ 11 to 2 ਤੱਕ ਮੈਡੀਸਨ ਸਕੇਅਰ ਗਾਰਡਨ, ਜਿਹੜੇ ਸੰਡੇ ਉਹ ਹੋਏਗਾ 28 ਨੂੰ, ਔਰ 30 ਤਰੀਕ ਨੂੰ ਵਾਈਟ ਹਾਊਸ ਦੇ ਸਾਹਮਣੇ ਲਫੇਤ ਪਾਰਕ ਦੇ ਵਿੱਚ ਦੁਪਹਿਰੇ 11 to 2 ਜਿਹਨੂੰ ਸਿੱਖਸ ਫਾਰ ਜਸਟਿਸ ਜਿਹੜਾ ਉਹ ਲੀਡ ਕਰ ਰਿਹਾ ਹੋਏਗਾ। ਸੋ ਇਹ ਮਾਰਕ ਕਰ ਲਓ ਆਪਣੀਆਂ ਡਾਇਰੀਜ਼ 'ਤੇ ਵੀ, ਡਾਇਰੀ ਵਾਲਾ ਤਾਂ ਕੰਮ ਦੂਰ ਹੈ, ਹੁਣ ਤਾਂ ਜ਼ਬਾਨੀ ਯਾਦ ਵੀ ਰਹਿ ਸਕਦਾ, ਔਰ ਇਹਦੇ 'ਚ ਪਾਰਟੀਸਪੇਟ ਕਰੋ। ਬਾਕੀ ਦੇਖਦੇ ਹਾਂ ਕਿ ਮੋਦੀ ਕਿੰਨਾ ਵੱਡਾ ਕੱਦ ਤੋਂ ਜ਼ਾਹਰ ਹੁੰਦਾ। ਸੋ ਬਾਕੀ ਫਿਕਰ ਇਹੀ ਹੈ ਵੀ ਭੁੱਖਾ ਰਹਿਣਾ ਉਹਨੇ ਵਿਚਾਰੇ ਨੇ, ਨਿੰਬੂ ਪਾਣੀ ਪੀਣਾ, ਕਿਤੇ ਡਿੱਗ ਡੁੱਗ ਨਾ ਪਏ, ਬੇਹੋਸ਼ ਹੋ ਗਏ। ਵੈਸੇ ਗਰਮੀ ਘੱਟ ਗਈ ਹੈ ਹੁਣ, ਇਹ ਤਾਂ ਨਹੀਂ ਹੈ ਵੀ ਟੈਂਪਰੇਚਰ 90 to 100 ਹੈ। ਸੋ ਵੈਸੇ ਅੰਦਰ ਵੜ ਕੇ ਬਦਾਮ ਬਦੂਮ ਖਾ ਵੀ ਲਿਆ, ਉਹ ਕਿਹੜਾ ਕਿਸੇ ਨੇ ਮਨਾ ਕਰਨਾ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ, ਵੀਅਰਸ ਤੁਸੀਂ ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।